ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਅਸੀਂ ਹਿੰਦੂ ਨਹੀਂ ਹੈ, ਅਸੀਂ ਮੁਸਲਮਾਨ ਨਹੀਂ ਹੈ, ਅਸੀਂ ਇੱਕ ਅਕਾਲ ਪੁਰਖ ਦੇ ਅਧੀਨ ਇੱਕ ਅਕਾਲ ਪੁਰਖ ਨੂੰ ਪੂਜਣ ਵਾਲੀ ਕੌਮ ਹੈ। ਸਾਡਾ ਲੈਣ ਦੇਣ ਕਿਸੇ ਨਾਲ ਨਹੀਂ ਹੈ, ਪਰ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸਾਡੇ ਜਿਹੜਾ ਧਾਰਾ 25 ਹੈ ਉਹਦੇ ਐਕਸਪਲੇਨੇਸ਼ਨ 2 ਦੇ ਵਿੱਚ ਲਿਖਦਾ ਹੈ ਕਿ ਸਿੱਖਸ ਆਰ ਡੀਮ ਟੂ ਬੀ ਹਿੰਦੂਸ। ਅਸੀਂ ਕਿਵੇਂ ਹਿੰਦੂ ਬਣ ਗਏ? ਗੁਰੂ ਗ੍ਰੰਥ ਸਾਹਿਬ ਸਪਸ਼ਟ ਕਹਿੰਦਾ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਫਿਰ ਭਾਰਤ ਦਾ ਸੰਵਿਧਾਨ ਸਾਨੂੰ ਕਿਵੇਂ ਕਹਿੰਦਾ ਹੈ ਕਿ ਤੁਸੀਂ ਹਿੰਦੂ ਹੋ? ਭਾਰਤ ਦੀ ਕੌਂਸਟੀਟਿਊਸ਼ਨ ਸਾਨੂੰ ਹਿੰਦੂ ਬਣਾ ਦਿੰਦੀ ਹੈ। ਇਹ ਚੜ੍ਹਦੇ ਸਰੀ ਵਿਤਕਰਾ ਇਹਨਾਂ ਨੇ ਸਾਨੂੰ ਦਿਖਾਇਆ ਧਰਮ ਤਬਦੀਲੀ ਕਿਸ ਹੱਦ ਤੱਕ ਨਹੀਂ ਕੀਤੀ। ਹਰਿਮੰਦਰ ਸਾਹਿਬ ਦੇ ਉੱਤੇ ਹਮਲੇ ਕਰਕੇ, ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਕੇ, ਦਿੱਲੀ ਦੇ ਵਿੱਚ ਸਾਡਾ ਘੱਲੂਘਾਰਾ ਕਰਕੇ, ਉੱਥੇ ਬੀਬੀਆਂ ਨੂੰ ਮਜਬੂਰ ਕੀਤਾ ਕਤਲੇਆਮ 'ਚ, ਜਿੱਥੇ ਆਰਮੀ, ਨੇਵੀ, ਏਅਰਫੋਰਸ, BSF, ਦਿੱਲੀ ਪੁਲਿਸ, CRPF, ITBP, ਹਰੇਕ ਤਰ੍ਹਾਂ ਦੀ ਸਿਕਿਉਰਿਟੀ ਸੰਸਥਾ ਦਾ ਹੈੱਡਕੁਆਰਟਰ ਹੈ, 5 ਦਿਨ ਸਿੱਖਾਂ ਦਾ ਘੱਲੂਘਾਰਾ ਕੀਤਾ। ਇਹ ਦੇਸ਼ ਨੇ ਜਿਹੜੇ ਵਿਤਕਰੇ ਸਾਡੇ ਨਾਲ ਕੀਤੇ ਹੈ। ਇੱਥੇ ਜਸਵੰਤ ਸਿੰਘ ਖਾਲਰਾ ਨੇ ਕੇਸ ਕੱਢੇ, ਸ਼ਮਸ਼ਾਨ ਘਾਟਾਂ 'ਚ 25,000 ਲਾਸ਼ਾਂ ਅਣਪਛਾਤੀਆਂ ਉਹਨੇ ਸਾਨੂੰ ਦੱਸੀਆਂ, ਉਹਦਾ ਕੇਸ ਪਾਇਆ। ਨਤੀਜਾ ਕੀ? ਇੱਕ ਵੀ ਕੇਸ ਹੱਲ ਨਹੀਂ ਹੋਇਆ, ਪਰ ਖਾਲਰਾ ਸਾਹਿਬ ਨੂੰ ਇਸ ਸਟੇਟ ਨੇ ਖਤਮ ਕਰਤਾ, ਮਾਰਤਾ। ਅੱਜ ਹਾਲ ਦੇਖ ਲਓ, ਚੋਣ ਨਹੀਂ ਹੁੰਦੇ, ਉਰੇ ਮੰਤ ਬਸੇ ਹੋਏ ਹੈ। ਤੇਜਾ ਸਿੰਘ ਸਮੁੰਦਰੀ ਹਾਲ 'ਚ ਅਕਾਲ ਤਖ਼ਤ ਸਾਹਿਬ 'ਚ ਲਿਫਾਫਿਆਂ 'ਚੋਂ ਕੱਢੇ ਜਾਂਦੇ ਹੈ। ਇੱਥੇ ਲਿਫਾਫੇ 'ਚੋਂ ਨਿਕਲੇ ਜਥੇਦਾਰ ਬਿਆਨ ਲਿਖ ਦਿੰਦੇ ਹੈ ਕਿ ਰਾਮ ਰਹੀਮ ਨੂੰ ਮਾਫ਼ੀਨਾਮਾ 95 ਲੱਖ ਖਰਚ ਦਿਓ। ਬਰਗਾੜੀ ਦੇ ਮੋਰਚੇ ਦੇ ਪਿੱਠ 'ਚ ਛੁਰਾ ਮਾਰਦੇ ਹੈ। ਇਹਨਾਂ ਦੇ ਮੈਂਬਰ ਪਾਰਲੀਮੈਂਟ 'ਚ ਜਾ ਕੇ ਕਹਿੰਦੇ ਹੈ ਸਰਕਾਰਾਂ ਉਹਨਾਂ ਦੀਆਂ ਲੈਟਰੀਨਾਂ ਲਾਈ ਜਾਂਦੀਆਂ, ਉਹਨਾਂ ਨੂੰ ਰੋਕੋ। ਸਾਧ ਸੰਗਤ ਜੀ, ਇੱਥੇ ਸਾਡੇ ਗੁਰੂ ਘਰ ਦੇ ਜਿਹੜੇ ਖਜ਼ਾਨੇ ਹੈ, PTC ਚੈਨਲ ਖਾਈ ਜਾਂਦਾ ਹੈ। ਇਹ ਸੁਖਬੀਰ ਬਾਦਲ ਦਾ ਸਤਿੰਦਰਪਾਲ ਸਿੰਘ ਕੋਹਲੀ 10 ਕਰੋੜ ਨਿੱਜੀ CA ਉਰੇ ਤਨਖਾਹ ਲੈ ਗਿਆ ਹੈਗਾ। ਸਾਡੇ ਗੁਰੂ ਘਰ ਦੇ ਹਾਲਾਤ ਇਸ ਤੱਕ ਹੱਦ ਤੱਕ ਵਿਗੜ ਗਏ ਕਿ 328 ਸਰੂਪ ਗੁਰੂ ਸਾਹਿਬ ਦੇ ਇੱਥੋਂ ਗਾਇਬ ਹੋ ਗਏ। ਸਾਧ ਸੰਗਤ ਜੀ, ਤੁਸੀਂ ਦੇਖੋ ਜਿਹੜੇ ਗੁਰੂ ਨੇ ਸਰਬੰਸ ਦਾਨ ਕਰਤਾ, ਸਭ ਕੁਛ ਤੁਹਾਨੂੰ ਤਿਆਗਤਾ, ਸੰਗਤ ਨੂੰ ਪਾੜ ਲਿਆ, ਜੀਵਨ ਤੁਸੀਂ ਹਜ਼ਾਰੋਂ, ਉਹਦੇ ਸਾਰਾ ਸਰਬੰਸ ਪੂਰਾ ਹੋ ਜਾਏ, ਅੱਜ ਕੀ ਹਾਲ ਹੈ ਗੁਰੂ ਸਾਹਿਬ ਦੇ? 328 ਸਰੂਪ ਗਾਇਬ, ਕਿਸੇ ਨੂੰ ਪਤਾ ਹੀ ਨਹੀਂ ਕਿੱਥੇ ਹੈ। ਜਿਹੜੀ ਇਹਨਾਂ ਨੇ ਮਾਰ ਕੇ ਕੁੱਟ ਕੇ ਗੱਲ ਨਹੀਂ ਖਤਮ ਕਰ ਸਕੇ, ਸਾਡੀਆਂ ਸ਼ਹਾਦਾਂ ਕਰਕੇ ਸਿੱਖੀ ਨਹੀਂ ਖਤਮ ਕਰ ਸਕਦੇ, ਹੁਣ ਇਹ ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨ 'ਤੇ ਲੱਗੇ ਹੋਏ ਹੈ। ਉਹਦੇ ਵਿੱਚੋਂ ਜਿਹੜੇ ਸਾਡੇ ਚੋਣ ਹੈ ਉਹ ਜਮ੍ਹਾਂ ਜ਼ਬਤ ਕਰਤੇ ਹੈਗੇ ਹੈ। ਇਹ ਇਹਨਾਂ ਦੀ ਸੋਚ ਹੈ, ਸਾਜਿਸ਼ ਹੈ ਕਿ ਸਿੱਖਾਂ ਨੂੰ ਆਪਣੀ ਜਮਹੂਰੀਅਤ ਤੋਂ ਵਾਂਝਾ ਕਰ ਦਿਉ, ਗੁਰੂ ਘਰਾਂ 'ਤੇ ਆਪਣੇ ਬੰਦੇ ਫਿੱਟ ਕਰ ਦਿਉ। ਫਿਰ ਜਿਵੇਂ ਪਟਨਾ ਸਾਹਿਬ ਦੇ ਵਿੱਚ ਆ ਬੇਅੰਤ ਦਾ ਪੋਤਾ, ਕੁੱਚੜ ਬੇਅੰਤ ਦਾ ਪੋਤਾ, ਉਹਦਾ ਸਨਮਾਨ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖੁਸਣ ਤੇ ਬਰਤਾਨੀਆ ਦੀ ਸਰਕਾਰ ਅਧੀਨ ਗੁਰੂ ਘਰਾਂ 'ਚ ਜਿਹੜੇ ਮਾੜੇ ਕੰਮ, ਗੈਰ ਸਿੱਖ ਕੰਮ ਜ
ਜਾਤ ਪਾਤ ਦੀ ਸੋਚ, ਵਖਰੇਵਾਪਣ, ਜੋਤਿਸ਼ ਵਿਦਿਆ, ਬੁੱਤ ਪੂਜਾ, ਇਹੀ ਮਹਾਨ ਸਥਾਨ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਅਕਾਲ ਤਖ਼ਤ ਸਾਹਿਬ ਤੇ ਵੀ ਸ਼ੁਰੂ ਹੋ ਗਏ। ਉਸ ਸਮੇਂ ਤੇ ਸਿੱਖਾਂ ਦਾ ਧਰਮ ਵੀ ਤਬਦੀਲ ਹੋਣਾ ਸ਼ੁਰੂ ਹੋ ਗਿਆ, ਸੰਗਤਾਂ ਹੋਰ ਧਰਮਾਂ 'ਚ ਜਾਣ ਲੱਗ ਪਈਆਂ। ਜਿਸ ਸਮੇਂ ਇਹ ਕੰਮ ਸ਼ੁਰੂ ਹੋਇਆ, ਸਿੱਖ ਵਿਦਵਾਨਾਂ ਨੇ ਇਹਦਾ ਨੋਟਿਸ ਲਿੱਤਾ। ਭਾਈ ਜਵਾਹਰ ਸਿੰਘ ਵਰਗੇ, ਗਿਆਨੀ ਦਿੱਤ ਸਿੰਘ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ, ਹਰਸ਼ ਸਿੰਘ, ਰਾਮ ਸਿੰਘ, ਕਰਮ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਤਤ ਖਾਲਸਾ, ਭਾਈ ਤਖ਼ਤ ਸਿੰਘ ਵਰਗਿਆਂ ਨੇ, ਭਾਈ ਕਾਹਨ ਸਿੰਘ ਨਾਭਾ, ਰਿਪੂ ਦਮਨ ਸਿੰਘ, ਇਹਨਾਂ ਸਾਰਿਆਂ ਨੇ ਚਿੰਤਤ ਹੋ ਕੇ ਆਪਣੀ ਸਿੱਖੀ, ਗੁਰੂ ਕੀ ਸਿੱਖੀ ਬਚਾਉਣ ਕਰਕੇ ਇੱਕ ਮੂਵਮੈਂਟ ਸ਼ੁਰੂ ਕੀਤੀ। ਇੱਥੇ ਵੀ ਅੰਮ੍ਰਿਤਸਰ ਸਾਹਿਬ 'ਚ ਵੀ ਸਿੰਘ ਸਭਾ ਲਹਿਰ ਉੱਠੀ। ਬੇਦੀ ਸਾਹਿਬ ਵਰਗੇ, ਮਜੀਠੀਆ ਸਾਹਿਬ ਵਰਗੇ ਉਹਦੇ ਵਿੱਚ ਸ਼ਾਮਿਲ ਹੋਏ, ਪਰ ਸਿਹਰਾ ਲਾਹੌਰ ਦੀ ਜਿਹੜੀ ਜਥੇਬੰਦੀ ਸੀ, ਜਿਸ ਨੇ ਅਸਲ ਤਤ ਖਾਲਸਾ ਦੀ ਸੋਚ ਨੂੰ ਲਾਗੂ ਕਰਨ ਵਾਸਤੇ, ਸਿੱਖੀ ਨੂੰ ਸੁਧਾਰਨ ਵਾਸਤੇ ਕੰਮ ਸ਼ੁਰੂ ਕੀਤਾ। ਸਾਧ ਸੰਗਤ ਜੀ, ਉਹ ਲਹਿਰ ਜਿਉਂ ਜਿਉਂ ਵੱਧਦੀ ਚੱਲ ਪਈ, ਸਿੱਖਾਂ 'ਚ ਜਾਗਰਤੀ ਆ ਗਈ, ਤਾਂ ਵੱਡੇ ਵੱਡੇ ਮੋਰਚੇ ਵੀ ਲੱਗਣੇ ਸ਼ੁਰੂ ਹੋ ਗਏ, ਜਿਹਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਸਾਡੇ ਨਨਕਾਣਾ ਸਾਹਿਬ 'ਤੇ ਮੋਰਚੇ ਦੇ ਵਿੱਚ ਹੋਈ ਹੈ। ਅੱਜ ਆਪਾਂ ਹਰਿਮੰਦਰ ਸਾਹਿਬ ਦੇ ਡਿਫੈਂਸ 'ਚ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਯਾਦ ਕਰਦੇ ਹਾਂ, ਪਰ ਤੁਹਾਡਾ ਇਤਿਹਾਸ, ਵਿਰਸਾ ਇੰਨਾ ਡੂੰਘਾ ਹੈ ਕਿ ਜਿੱਥੇ ਭਾਈ ਮਨੀ ਸਿੰਘ ਨੂੰ ਯਾਦ ਕਰੀਦਾ ਹੈ, ਨਨਕਾਣਾ ਸਾਹਿਬ ਸਾਖੇ 'ਚ ਤੁਸੀਂ ਦੇਖੋ, ਜਿਹੜੇ ਆਪਣੇ ਭਾਈ ਤੇਜਾ ਸਿੰਘ, ਭਾਈ ਲਛਮਣ ਸਿੰਘ ਧਾਰੋਵਾਲੀ, ਕਰਤਾਰ ਸਿੰਘ ਝੱਬਰ ਦਾ ਵੀ ਰੋਲ ਯਾਦ ਰੱਖੋ, ਜਦ ਨਰੇਣੂ ਮਹੰਤ ਕਬਜ਼ਾ ਕਰ ਬੈਠਾ ਸੀਗਾ, ਉੱਥੇ ਹਰੇਕ ਤਰ੍ਹਾਂ ਦੀ ਕੁੜੈਤ ਚੱਲਦੀ ਸੀ ਨਨਕਾਣਾ ਸਾਹਿਬ 'ਚ, ਇਹ ਸਿੰਘਾਂ ਨੇ ਉੱਠ ਕੇ ਆਪਣਾ ਇੱਕ ਰਾਤ ਦਾ ਪ੍ਰਣ ਕਰਕੇ ਕਿ ਜਾਪ ਕਰਦੇ ਅਸੀਂ ਸਵੇਰੇ ਜਾ ਕੇ ਨਨਕਾਣਾ ਸਾਹਿਬ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨੇ ਆ। ਮੋਰਚਾ ਤੋੜ ਲਿਆ, ਅੰਮ੍ਰਿਤਸਰੋਂ ਐਸ ਜੀ ਪੀ ਸੀ ਦੇ ਸੁਨੇਹਾ ਆ ਗਏ, ਕਹਿੰਦੇ ਕਿ ਨਾ ਜਾਓ, ਪਰ ਤੇਜਾ ਸਿੰਘ ਹੋਣੀ, ਲਛਮਣ ਸਿੰਘ ਜੀ ਧਾਰੋਵਾਲੀ ਪਰਵਾਹ ਨਾ ਕਰਦੇ ਹੋਏ ਕਿ ਅਸੀਂ ਅਰਦਾਸਾਂ ਕਰ ਲਈਆਂ, ਹੁਣ ਪਿੱਛੇ ਨਹੀਂ ਹਟ ਸਕਦੇ, ਅਸੀਂ ਗੁਰੂ ਸਾਹਿਬ ਸਵੇਰੇ ਜਾ ਕੇ ਪ੍ਰਕਾਸ਼ ਕਰਨੇ ਹੀ ਕਰਨੇ ਹੈ, ਅਸੀਂ ਜਾ ਕੇ ਨਨਕਾਣਾ ਸਾਹਿਬ ਆਜ਼ਾਦ ਕਰਨੇ ਹੀ ਹਨ। ਉਹਨਾਂ ਦੀ ਸੋਚ ਕਿੱਡੀ ਵੱਡੀ ਸੀ ਕਿ ਅਸੀਂ ਕੋਈ ਜੰਗ ਨਹੀਂ ਲੜਨਾ, ਅਸੀਂ ਨਿਹੱਤੇ ਜਾਪ ਕਰਦੇ ਜਾਣਾ, ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਵਾਸਤੇ ਕੁਰਬਾਨੀ ਦੇਣ ਨੂੰ ਤਿਆਰ ਹੈ। ਨਰੈਣੂ ਮੰਤ ਉੱਥੇ ਠੱਗ ਲੈ ਕੇ ਬੈਠਾ ਹੋਇਆ, 200 ਸਿੰਘਾਂ ਦਾ ਜਥਾ, 260 ਵੀ ਹੋ ਸਕਦਾ ਹੈ, ਕਿਉਂਕਿ ਗਿਣਤੀ ਨਹੀਂ ਹੋਈ। ਜਦ ਉੱਥੇ ਪਹੁੰਚਿਆ ਸਵੇਰੇ, ਜਾ ਕੇ
ਪਿੱਛੋਂ ਦਰਵਾਜ਼ੇ ਢੋਤੇ ਨਨਕਾਣਾ ਸਾਹਿਬ ਦੇ, ਅੰਦਰ ਜਾ ਕੇ ਮਹਾਰਾਜ ਪ੍ਰਕਾਸ਼ ਕੀਤੇ ਤੇ ਡੱਕਿਆ ਹੋਇਆ ਨਿਰੇਣੂ ਮੰਤ ਨੂੰ ਉਦੋਂ ਹੀ ਪਤਾ ਲੱਗਿਆ ਜਦ ਜੈਕਾਰੇ ਜੋ ਬੋਲੇ ਸੋਨੇ ਹਾਲ ਦੇ ਉਹਦੇ ਕੰਨਾਂ 'ਚ ਪਏ। ਪਹਿਲਾਂ ਘਬਰਾ ਗਿਆ, ਮੁੜ ਕੇ ਉਹਨੇ ਜਿਹੜਾ 400-500 ਬੰਦਾ ਇਕੱਠਾ ਕੀਤਾ ਸੀ, ਕਿਉਂਕਿ ਉਹਨੂੰ ਵੀ ਸੂਹ ਪਹੁੰਚ ਗਈ ਸੀ ਕਿ ਸਿੱਖਾਂ ਨੇ ਕੋਈ ਨਾ ਕੋਈ ਕੰਮ ਕਰਨਾ ਹੈ। ਉਹ ਬੰਦੇ ਇਕੱਠੇ ਕਰਕੇ ਗੁਰੂ ਸਾਹਿਬ ਦੇ ਤਾਬੇ ਬੈਠੇ ਜਥੇ ਨੂੰ, ਨਿਹੱਥੇ ਜਥੇ ਨੂੰ ਜਾ ਕੇ ਗੋਲੀਆਂ ਨਾਲ ਭੁੰਨਣਾ ਸ਼ੁਰੂ ਕਰਤਾ। ਸਾਧ ਸੰਗਤ ਜੀ ਸਾਰੇ ਸਿੱਖ ਉੱਥੇ ਗੋਲੀਆਂ ਨਾਲ ਬਰਛਿਆਂ ਨਾਲ ਵੱਢ ਕੇ ਪਾੜ ਕੇ ਸੁੱਟਤੇ ਕਿ ਉਹ ਜਥੇ ਦਾ ਸੰਤ ਜਰਨੈਲ ਸਿੰਘ ਦੇ ਮੁਕਾਬਲੇ ਦਾ ਇੱਕ ਵੱਡੀ ਕੁਰਬਾਨੀ ਨਹੀਂ ਸੀ। ਪਰ ਅੱਜ ਸਾਡਾ ਦੇਖ ਲਓ ਇਤਿਹਾਸ ਕੀ ਹੈ, ਅੱਜ ਸਾਡੇ ਇੱਥੇ ਜਾ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੇ ਭਾਰਤ ਦੇ ਇੰਡੀਪੈਂਡੈਂਸ ਦੇ ਮਹਾਂ ਉਤਸਵ 'ਚ ਉਹਨਾਂ ਦਾ ਪੇਜ ਨਿਕਲਦਾ ਹੈ, ਭਾਰਤ ਉਹਨਾਂ ਨੂੰ ਮਨਾਉਂਦਾ ਹੈਗਾ। ਔਰ ਅਸੀਂ ਅੱਜ ਇਹ ਹਾਲਾਤ 'ਚ ਹੈ ਕਿ ਭਾਈ ਤੇਜਾ ਸਿੰਘ, ਭਾਈ ਲਕਸ਼ਮਣ ਸਿੰਘ ਧਾਰੋਵਾਲੀ ਦੀ ਕੋਈ ਵਧੀਆ ਫੋਟੋ ਵੀ ਨਹੀਂ ਮਿਲੀ, ਅਸੀਂ ਉਰੇ ਲਾ ਵੀ ਨਹੀਂ ਸਕੇ। ਅਸੀਂ ਆਪਣੇ ਵਿਰਸੇ ਤੇ ਇਤਿਹਾਸ ਤੋਂ ਕਿੰਨੇ ਵਾਂਝੇ ਹੋਏ ਹੋਏ ਹੈ। ਤੇ ਸਾਧ ਸੰਗਤ ਜੀ, ਉਹ ਮੋਰਚਾ ਜੇ ਲੱਗਿਆ ਤਾਂ ਅਗਲੇ ਦਿਨ 2000 ਸਿੰਘ ਹੋਰ ਤਿਆਰ ਹੋ ਗਿਆ। ਨਰੈਣੂ ਮੰਤ ਨੇ ਜਿਹੜੇ 200 ਵੱਡੇ ਸੀ ਲੱਕੜ ਤੇ ਬਾਲਣਾ ਤੇ ਸੁੱਟ ਕੇ, ਫੂਕ ਤੇ ਕੋਈ ਨਿਸ਼ਾਨੀ ਨਹੀਂ ਛੱਡੀ। ਸਾਧ ਸੰਗਤ ਜੀ, ਅਗਲੇ ਦਿਨ ਪੁਲਿਸ ਵੀ ਉੱਥੇ ਆ ਕੇ ਉਹਦੇ ਪੱਖ 'ਚ ਖੜ ਗਈ, DCSP। ਜਦ ਜਥਾ 2000 ਸਿੰਘਾਂ ਦਾ ਚੱਲਿਆ, ਗੋਲੀਆਂ ਚੱਲੀਆਂ ਪਰ ਉਹ ਨਹੀਂ ਰੁਕੇ। ਤੁਰਦੇ ਤੁਰਦੇ ਪੁਲਿਸ ਵੀ ਭੱਜ ਗਈ, DC ਵੀ ਭੱਜ ਗਿਆ, SP ਵੀ ਭੱਜ ਗਿਆ, ਨਰੈਣੂ ਮੰਤ ਵੀ ਭੱਜ ਗਿਆ ਤੇ ਨਨਕਾਣਾ ਸਾਹਿਬ ਦਾ ਮੋਰਚਾ ਫਤਿਹ ਕਰਤਾ ਉਹ ਸਿੰਘਾਂ ਨੇ। ਕੀ ਇਹ ਕੁਰਬਾਨੀ ਨਹੀਂ ਹੈ? ਕੀ ਇਹ ਮੁਕਾਬਲੇ ਦਾ ਇਤਿਹਾਸ ਨਹੀਂ ਹੈ? ਆਪਾਂ ਇਹਨੂੰ ਕਿਉਂ ਨਹੀਂ ਯਾਦ ਰੱਖਦੇ? ਉਹਦੇ ਨਤੀਜੇ ਦੇਖੋ, ਜਿੱਥੇ ਆਪਾਂ ਨੇ ਉਹ ਮੋਰਚੇ ਜਿੱਤੇ 1925 ਦੇ ਵਿੱਚ, ਇਹ ਵਿਦਵਾਨਾਂ ਦੇ ਸੋਚ ਅਧੀਨ ਆ ਜਿਹੜਾ ਸਾਨੂੰ ਪੰਜਾਬ ਅਸੈਂਬਲੀ ਦੇ ਵਿੱਚ ਸਿੱਖ ਗੁਰਦੁਆਰਾ ਐਕਟ 1925 ਸਾਨੂੰ ਬਣਾ ਕੇ ਦੇ ਦਿੱਤਾ। ਸਾਧ ਸੰਗਤ ਜੀ, ਜਮਹੂਰੀਅਤ ਇਹਦੇ ਵਿੱਚ ਸਿੱਧੀ ਸਾਨੂੰ ਦੇਤੀ, ਸਿੱਧੀ ਜਮਹੂਰੀਅਤ ਸਾਨੂੰ ਬਖਸ਼ਤੀ। ਹੁਣ ਇਹਦਾ ਕੀ ਮਤਲਬ ਹੋਇਆ ਜਮਹੂਰੀਅਤ ਦਾ? ਤੁਸੀਂ ਦੇਖੋ, ਜੇ ਜਮਹੂਰੀਅਤ ਹੁੰਦੀ ਹੈ, ਗੁਰੂ ਘਰ ਦੀ ਸੰਭਾਲ ਹੁੰਦੀ ਹੈ, ਕੋਈ ਮਹੰਤ ਨਹੀਂ ਉੱਥੇ ਬੈਠ ਸਕਦਾ ਹੈਗਾ। ਉਹਦੇ ਚੋਣ 5 ਸਾਲ ਬਾਅਦ ਹੋਣੇ ਹੋਣੇ ਹੈ, ਇਹ ਚੋਣ ਹੁੰਦੇ ਹੈ। ਇਹਦੇ ਵਿੱਚ ਹਰੇਕ ਚਾਹਵਾਨ ਆਪਣਾ ਮੁੱਦਾ ਅਧੀਨ ਲੋਕਾਂ 'ਚ ਵਿਚਰਦਾ, ਪ੍ਰਚਾਰ ਕਰਦਾ, ਉਹਦੇ ਅਧੀਨ ਲੋਕਾਂ ਦਾ ਮਤਦਾਨ ਪੈਂਦਾ, ਨੁਮਾਇੰਦੇ ਚੁਣੇ ਜਾਂਦੇ ਹੈ, ਹਾਊਸ ਬਣਦਾ, ਪ੍ਰਧਾਨ ਉਸ 'ਚੋਂ ਬਣਦਾ। ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਹੋਰ 3 ਜਥੇਦਾਰ ਨਾਲ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ ਦੇ, ਅਕਾਲ ਤਖ਼ਤ ਸਾਹਿਬ ਦੇ ਸਾਰੇ ਨਿਯੁਕਤ ਹੁੰਦੇ ਹੈ। ਤੇ ਜਿਹੜਾ ਹਾਰ ਜਾਂਦਾ ਉਹਦੀ ਵੀ ਦਿਲਚਸਪੀ ਬਣੀ ਰਹਿੰਦੀ ਹੈ ਕਿ ਐਤਕਾ ਨਹੀਂ ਸਹੀ, ਅਗਲੀ ਵਾਰੀ ਫਿਰ ਗੁਰੂ ਘਰ ਦੇ ਵਿੱਚ ਅਸੀਂ ਹਿੱਸਾ ਲਵਾਂਗੇ। ਇਹ ਗੁਰੂ ਘਰ ਤੇ ਸੰਗਤ ਦਾ ਜਿਹੜਾ ਮੇਲ ਹੈ, ਇਹ ਸਿੱਖੀ 'ਚ ਕਿਉਂ ਜ਼ਰੂਰੀ ਹੈ? ਕਿਉਂਕਿ ਸਾਡੇ ਕੁਰਬਾਨੀ ਵਾਲੇ ਗੁਰੂ ਸਾਹਿਬਾਨਾਂ ਨੇ ਇਸ ਸੋਚ ਨੂੰ ਪਾਲਣ ਵਾਸਤੇ, ਗੁਰਸਿੱਖੀ ਨੂੰ ਪਾਲਣ ਵਾਸਤੇ ਪੰਚਮ ਪਿਤਾ ਦੀ ਸ਼ਹਾਦਤ ਦੇਤੀ,
ਨੌਵੇਂ ਪਾਤਸ਼ਾਹ ਦੇ ਸ਼ਹਾਦਤ ਹੋ ਗਈ, ਜਿਨ੍ਹਾਂ ਨੇ ਹੋਰ ਧਰਮਾਂ ਵਾਸਤੇ ਆਪਣਾ ਸੀਸ ਦਿੱਲੀ ਜਾ ਕੇ ਕੁਰਬਾਨ ਕਰਤਾ, ਸ਼ਹਾਦਤ ਦਾ ਜਾਮ ਪੀ ਲਿਆ। ਦਸਮ ਪਿਤਾ ਨੇ ਉਹ ਸੀਸ ਸਵੀਕਾਰ ਕਰਕੇ ਆਪਣੇ ਦੋ ਸਪੂਤ ਚਮਕੌਰ ਸਾਹਿਬ ਚ, ਦੋ ਸਪੂਤ ਫਤਿਹਗੜ੍ਹ ਸਾਹਿਬ, ਮਾਤਾ ਜੀ ਫਤਿਹਗੜ੍ਹ ਸਾਹਿਬ ਅਖੀਰ ਚ ਪਿੱਠ ਚ ਛੁਰਾ, ਇਹ ਸਾਰਾ ਕੁਰਬਾਨ ਕਿਹਦੇ ਲਈ ਕੀਤਾ? ਉਹ ਸੰਗਤ, ਉਹ ਕੌਮ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਵੀ ਕਿ ਆਪਣਾ ਜਿਹੜਾ ਅਫਸੋਸ ਸੀ ਉਹ ਨੰਘਾ ਲੈਂਦੇ ਸੀ, ਕਹਿੰਦੇ ਜੀਵਤ ਹੈ ਹਜ਼ਾਰੋ ਤੁਹਾਨੂੰ ਦੇਖ ਕੇ। ਤੇ ਗੁਰੂ ਸਾਹਿਬ ਨੇ ਕੀ ਖਿਤਾਬ ਦਿੱਤਾ? ਕਹਿੰਦੇ ਕਿ ਸੰਗਤ 21 ਵਿਸਵੇ, ਗੁਰੂ 20 ਵਿਸਵੇ, ਆਪਣੀ ਸੰਭਾਲ, ਆਪਣਾ ਸਾਰੀ ਸ਼ਹਾਦਤਾਂ ਤੁਹਾਡੇ ਹੱਥ ਚ ਫੜਾਤੀਆਂ, ਜਿਸ ਕਰਕੇ ਉਹ ਸਿੰਘ ਸਭਾ ਲਹਿਰ ਨੇ ਇਹ ਸੰਭਾਲ ਗੁਰੂ ਘਰਾਂ ਦੀ ਕਿਸੇ ਮਹੰਤ ਨੂੰ ਨਹੀਂ ਦਿੱਤੀ। ਉਹਨਾਂ ਨੇ ਸਮੂਹ ਸਾਧ ਸੰਗਤ ਵੋਟਾਂ ਰਾਹੀਂ ਆਪ ਜੀ ਨੂੰ ਬਖਸ਼ੀ। ਤੇ ਕਮਾਲ ਦੀ ਗੱਲ ਹੈ ਕਿ ਜਦ ਅਮਰੀਕਾ ਚ ਬੀਬੀਆਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਸੀਗਾ, ਕਮਾਲ ਦੀ ਗੱਲ ਹੈ ਇੰਗਲੈਂਡ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ, ਇਹ ਜਿਹੜਾ ਗੁਰੂ ਘਰ ਦਾ ਸਿੱਖ ਗੁਰਦੁਆਰਾ ਐਕਟ ਬਣਿਆ, ਸਾਰੇ ਵਿਸ਼ਵ ਦੇ ਵਿੱਚ ਸਭ ਤੋਂ ਪਹਿਲਾਂ ਯੂਨੀਵਰਸਲ ਫਰੈਂਚਾਈਜ਼ ਦੇ ਕੇ ਇੱਥੇ ਜਮਹੂਰੀਅਤ ਦੀ ਮਿਸਾਲ ਹਰੇਕ ਬੀਬੀ, ਹਰੇਕ ਨਰ ਨਾਰੀ, ਗਰੀਬ ਅਮੀਰ, ਹਰੇਕ ਨੂੰ ਗੁਰੂ ਘਰ ਨੂੰ ਜੋੜਨ ਵਾਸਤੇ ਇਹਨਾਂ ਨੇ ਜਮਹੂਰੀਅਤ ਇਸ ਧਰਤੀ ਦੇ ਉੱਤੇ, ਏਸ਼ੀਆ ਦੇ ਉੱਤੇ, ਵਿਸ਼ਵ ਦੇ ਉੱਤੇ ਯੂਨੀਵਰਸਲ ਫਰੈਂਚਾਈਜ਼ ਆਪ ਜੀ ਨੂੰ ਬਖਸ਼ੀ ਹੈਗੀ ਹੈ। ਸਾਧ ਸੰਗਤ ਜੀ, ਕਿੱਡੀ ਮਹਾਨ ਸੋਚ ਹੈ ਇਹ! ਤੇ 3 ਸਾਲ ਬਾਅਦ ਚੋਣ ਹੁੰਦੇ ਸੀਗੇ, ਸਿੱਖ ਕੱਲੇ ਉਰੇ ਨਹੀਂ ਵੱਸਦੇ, ਪਹਿਲੀ SGPC ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਨੀਕ ਸੀਗੇ, ਅਫਰੀਕਾ ਚ, ਬਰਮਾ ਚ, ਸਿੰਗਾਪੁਰ ਚ, ਹਰੇਕ ਨੂੰ ਵੋਟ ਪਾਉਣ ਦਾ ਹੱਕ ਸੀਗਾ, ਉੱਥੇ ਦੇ ਨੁਮਾਇੰਦੇ ਵੀ ਚੁਣੇ ਜਾਂਦੇ ਸੀਗੇ। ਇਹ ਗੁਰੂ ਕਾ ਘਰ, ਸਰਬੱਤ ਦੇ ਭਲੇ ਦਾ ਘਰ, ਇਹ ਮਨੁੱਖਤਾ ਦਾ ਘਰ, ਹਰੇਕ ਪਾਸੋਂ ਆਪਣੇ ਗੁਰਸਿੱਖ ਜੋੜ ਕੇ ਇੱਥੇ ਜਮਹੂਰੀਅਤ ਤੇ ਡੈਮੋਕਰੇਸੀ ਲੈ ਕੇ ਆਇਆ। ਸਾਧ ਸੰਗਤ ਜੀ, ਜਿੱਥੇ ਸਾਡੀ ਜਮਹੂਰੀਅਤ ਸਿੱਖ ਗੁਰਦੁਆਰਾ ਐਕਟ ਕੁਰਬਾਨੀ ਦੇ ਅਧੀਨ ਸਾਨੂੰ ਮਿਲੀ ਹੈ, ਵੱਖ ਵੱਖ ਮੋਰਚੇ, ਚਾਬੀਆਂ ਦੇ ਮੋਰਚੇ, ਗੁਰੂ ਕੇ ਬਾਗ ਦਾ ਮੋਰਚਾ, ਹਰੇਕ ਕੁਰਬਾਨੀ ਅਧੀਨ ਇਹ ਸਾਨੂੰ ਜਮਹੂਰੀਅਤ ਮਿਲੀ ਹੈ। ਭਾਰਤ ਸਰਕਾਰ ਨੇ ਜਿਸਨੇ ਇੰਨਾ ਜ਼ਿਆਦਾ ਵਿਤਕਰਾ ਸਾਡੇ ਗੁਰਸਿੱਖੀ ਨਾਲ ਰੱਖਿਆ ਕਿ ਜਿੱਥੇ ਸਾਡੇ ਗੁਰੂ ਸਾਹਿਬ ਜਿਵੇਂ ਉਰੇ ਲਿਖਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਅਸੀਂ ਹਿੰਦੂ ਨਹੀਂ ਹੈ, ਅਸੀਂ ਮੁਸਲਮਾਨ ਨਹੀਂ ਹੈ, ਅਸੀਂ ਇੱਕ ਅਕਾਲ ਪੁਰਖ ਦੇ ਅਧੀਨ, ਇੱਕ ਅਕਾਲ ਪੁਰਖ ਨੂੰ ਪੂਜਣ ਵਾਲੀ ਕੌਮ ਹੈ, ਸਾਡਾ ਲੈਣ ਦੇਣ ਕਿਸੇ ਨਾਲ ਨਹੀਂ ਹੈ। ਪਰ ਜਿਹੜਾ ਭਾਰਤ ਦਾ ਸੰਵਿਧਾਨ ਹੈ, ਉਹ ਸਾਡੇ ਜਿਹੜਾ ਧਾਰਾ 25 ਹੈ, ਉਹਦੇ ਐਕਸਪਲੇਨੇਸ਼ਨ 2 ਦੇ ਵਿੱਚ ਲਿਖਦਾ ਹੈ ਕਿ ਸਿੱਖਸ ਆਰ ਡੀਮ ਟੂ ਬੀ ਹਿੰਦੂਜ਼। ਅਸੀਂ ਕਿਵੇਂ ਹਿੰਦੂ ਬਣ ਗਏ? ਗੁਰੂ ਗ੍ਰੰਥ ਸਾਹਿਬ ਸਪਸ਼ਟ ਕਹਿੰਦਾ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਫਿਰ ਭਾਰਤ ਦਾ ਸੰਵਿਧਾਨ ਸਾਨੂੰ ਕਿਵੇਂ ਕਹਿੰਦਾ ਹੈ ਕਿ ਤੁਸੀਂ ਹਿੰਦੂ ਹੋ? ਬਣਦੇ ਸਾਰੀ ਸਾਡੇ ਨਾਲ ਵਿਤਕਰੇ ਸ਼ੁਰੂ ਕਰਤੇ। ਇਹ ਕਿਵੇਂ ਹੋ ਸਕਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਚੀਜ਼ ਕਹਿੰਦੇ ਹੈ ਤੇ ਇਹ ਭਾਰਤ ਦੀ ਕੌਂਸਟੀਟਿਊਸ਼ਨ ਸਾਨੂੰ ਹਿੰਦੂ ਬਣਾ ਦਿੰਦੀ ਹੈ? ਇਹ ਚੜ੍ਹਦੇ ਸਰੀਰ ਵਿਤਕਰਾ ਇਹਨਾਂ ਨੇ ਸਾਨੂੰ ਦਿਖਾਇਆ। ਧਰਮ ਤਬਦੀਲੀ ਕਿਸ ਹੱਦ ਤੱਕ ਨਹੀਂ ਕੀਤੀ? ਹਰਿਮੰਦਰ ਸਾਹਿਬ ਦੇ ਉੱਤੇ ਹਮਲੇ ਕਰਕੇ, ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰਕੇ, ਦਿੱਲੀ ਦੇ ਵਿੱਚ ਸਾਡਾ ਘੱਲੂ ਘਰਾ ਕਰਕੇ, ਉੱਥੇ ਬੀਬੀਆਂ ਨੂੰ ਮਜਬੂਰ ਕੀਤਾ
ਕਤਲੇਆਮ 'ਚ ਜਿੱਥੇ ਆਰਮੀ, ਨੇਵੀ, ਏਅਰਫੋਰਸ, BSF, ਦਿੱਲੀ ਪੁਲਿਸ, CRPF, ITBP, ਹਰੇਕ ਤਰ੍ਹਾਂ ਦੀ ਸਿਕਿਉਰਿਟੀ ਸੰਸਥਾ ਦਾ ਹੈੱਡਕੁਆਰਟਰ ਹੈ। 5 ਦਿਨ ਸਿੱਖਾਂ ਦਾ ਘੱਲੂਘਾਰਾ ਕੀਤਾ, ਬਲਾਤਕਾਰ ਦੀ ਗੱਲ ਚੱਲਦੀ ਹੈ। ਤ੍ਰਿਲੋਕਪੁਰੀ ਦੇ ਵਿੱਚ ਸਾਡੀਆਂ ਮਾਵਾਂ, ਭੈਣਾਂ, ਦਾਦੀਆਂ, ਬੱਚੀਆਂ, ਇਹ ਹਿੰਦੂ ਸਟੇਟ ਨੇ ਰੇਪ ਕੀਤਾ ਹੈਗਾ। ਸਾਧ ਸੰਗਤ ਜੀ, ਇਹ ਸਾਡੇ ਉੱਤੇ ਇਹ ਸਾਰਾ ਕਰਕੇ ਮੁੜ ਕੇ ਸਾਡਾ ਕੋਈ ਇਨਸਾਫ ਨਹੀਂ ਦਿੱਤਾ ਹੈਗਾ। ਇਹ ਦੇਸ਼ ਨੇ ਜਿਹੜੇ ਵਿਤਕਰੇ ਸਾਡੇ ਨਾਲ ਕੀਤੇ ਹੈ, ਇੱਥੇ ਜਸਵੰਤ ਸਿੰਘ ਖਾਲਰਾ ਨੇ ਕੇਸ ਕੱਢੇ, ਸ਼ਮਸ਼ਾਨ ਘਾਟਾਂ 'ਚ 25,000 ਲਾਸ਼ਾਂ ਅਣਪਛਾਤੀਆਂ ਉਹਨੇ ਸਾਨੂੰ ਦੱਸੀਆਂ, ਉਹਦਾ ਕੇਸ ਪਾਇਆ। ਨਤੀਜਾ ਕੀ? ਇੱਕ ਵੀ ਕੇਸ ਹੱਲ ਨਹੀਂ ਹੋਇਆ, ਪਰ ਖਾਲਰਾ ਸਾਹਿਬ ਨੂੰ ਇਹ ਸਟੇਟ ਨੇ ਖਤਮ ਕਰਤਾ, ਮਾਰਤਾ। ਇਹ ਵਿਤਕਰੇ ਜਿੱਥੇ ਸਾਨੂੰ ਜਾਨਲੇਵੇ ਹਮਲੇ ਕਰਦੇ ਹੈ, ਉੱਥੇ ਤੁਸੀਂ ਦੇਖੋ ਸਾਡੀਆਂ ਸੰਸਥਾਵਾਂ ਅੱਜ ਬਿਲਕੁਲ ਕੰਟਮ ਕਰਦੀਆਂ। ਜਮਹੂਰੀਅਤ, ਭਾਰਤ ਤੋਂ ਪਹਿਲਾਂ ਜਮਹੂਰੀਅਤ, ਜਿਸ ਜਮਹੂਰੀਅਤ ਨੇ ਮੋਹਨਦਾਸ ਕਰਮਚੰਦ ਗਾਂਧੀ ਨੇ ਆ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੇ ਉਰੇ ਆ ਕੇ ਵਚਨ ਕੀਤੇ, ਕਹਿੰਦੇ ਸਿੱਖ ਭਾਈਓ, ਤੁਮਨੇ ਆਜ਼ਾਦੀ ਕੀ ਪਹਿਲੀ ਲੜਾਈ ਜਿੱਤ ਲਈ ਹੈ, ਅਬ ਗੁਰੂ ਘਰੋਂ ਕੋ ਭੁੱਲ ਜਾਓ, ਅਬ ਦੇਸ਼ ਕੀ ਆਜ਼ਾਦੀ ਲਿਓ, ਉਸਸੇ ਆਪਕੇ ਗੁਰੂ ਘਰ ਆਪ ਹੀ ਆਜ਼ਾਦ ਹੋ ਜਾਣਗੇ। ਉੱਥੇ ਕਰਤਾਰ ਸਿੰਘ ਝੱਬਰ ਨੇ ਜਵਾਬ ਦਿੱਤਾ ਗਾਂਧੀ ਨੂੰ, ਕਹਿੰਦੇ ਗਾਂਧੀ ਜੀ, ਅੱਜ ਤਾਂ ਜਦ ਅਸੀਂ ਗੁਰੂ ਘਰ ਆਜ਼ਾਦ ਕਰਦੇ ਹਾਂ, ਮਹੰਤਾਂ ਨੂੰ ਹਟਾ ਕੇ ਅਸੀਂ ਆਪਣੀਆਂ ਕਮੇਟੀਆਂ ਸਥਾਪਿਤ ਕਰਦੇ ਹਾਂ, ਤੇ ਜਿਹੜੇ ਅੰਗਰੇਜ਼ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਮਹੰਤ ਹੋਏ ਜਾਂ ਸਾਡੀਆਂ ਕਮੇਟੀਆਂ ਹੋਣ, ਇਹ ਹੋਣ ਦਿੰਦੇ ਹੈ। ਜਿੱਦਣ ਮੁੱਖ ਧਾਰਾ ਦਾ ਦੇਸ਼ ਬਣ ਗਿਆ ਤਾਂ ਮੁੜ ਕੇ ਫਿਰ ਇੱਥੇ ਸਾਡੇ ਪਿੱਠ ਤੇ ਨਹੀਂ ਤੁਸੀਂ ਖੜਨਾ, ਤੁਸੀਂ ਮਹੰਤਾਂ ਦੇ ਪਿੱਠ ਤੇ ਖੜ ਜਾਣਾ। ਅੱਜ ਹਾਲ ਦੇਖ ਲਓ, ਚੋਣ ਨਹੀਂ ਹੁੰਦੇ, ਉਰੇ ਮਹੰਤ ਬਸੇ ਹੋਏ ਹੈ, ਤੇਜਾ ਸਿੰਘ ਸਮੁੰਦਰੀ ਹਾਲ 'ਚ, ਅਕਾਲ ਤਖ਼ਤ ਸਾਹਿਬ 'ਚ ਲਿਫਾਫਿਆਂ 'ਚੋਂ ਕੱਢੇ ਜਾਂਦੇ ਹੈ। ਸਾਧ ਸੰਗਤ ਜੀ, ਇਹ ਜਿਹੜੀ ਕਮੀ ਹੈ ਇਹ ਕਿਵੇਂ ਪੂਰੀ ਹੋਊਗੀ? ਇੱਥੇ ਲਿਫਾਫੇ 'ਚੋਂ ਨਿਕਲੇ ਜਥੇਦਾਰ ਬਿਆਨ ਲਿਖ ਦਿੰਦੇ ਹੈ ਕਿ ਰਾਮ ਰਹੀਮ ਨੂੰ ਮਾਫ਼ੀਨਾਮਾ 95 ਲੱਖ ਖਰਚ ਦਿਓ, ਬਰਗਾੜੀ ਦੇ ਮੋਰਚੇ ਦੇ ਪਿੱਠ 'ਚ ਛੁਰਾ ਮਾਰਦੇ ਹੈ। ਇਹਨਾਂ ਦੇ ਮੈਂਬਰ ਪਾਰਲੀਮੈਂਟ 'ਚ ਜਾ ਕੇ ਕਹਿੰਦੇ ਹੈ ਸਰਕਾਰਾਂ ਉਹਨਾਂ ਦੀਆਂ ਲੈਟਰੀਨਾਂ ਲਾਈ ਜਾਂਦੀਆਂ, ਉਹਨਾਂ ਨੂੰ ਰੋਕੋ। ਸਾਧ ਸੰਗਤ ਜੀ, ਇੱਥੇ ਸਾਡੇ ਗੁਰੂ ਘਰ ਦੇ ਜਿਹੜੇ ਖਜ਼ਾਨੇ ਹੈ, PTC ਚੈਨਲ ਖਾਈ ਜਾਂਦਾ, ਇਹ ਸੁਖਬੀਰ ਬਾਦਲ ਦਾ, ਸਤਿੰਦਰਪਾਲ ਸਿੰਘ ਕੋਹਲੀ 10 ਕਰੋੜ ਨਿੱਜੀ CA ਉਰੇ ਤਨਖਾਹ ਲੈ ਗਿਆ ਹੈਗਾ। ਇੱਥੇ ਉਹਨੇ ਈਸ਼ਰ ਸਿੰਘ ਦੀ ਰਿਪੋਰਟ 'ਚ ਲਿਖਿਆ ਕਿ ਕੰਮ ਮੈਂ ਕੁਛ ਨਹੀਂ ਕੀਤਾ, ਐਗਜ਼ੀਕਿਊਟਿਵ ਕਮੇਟੀ ਨੇ, SGPC ਨੇ, ਇਹਦੀ ਆਪਣੀ ਸੁਖਬੀਰ ਬਾਦਲ ਦੀ ਕਮੇਟੀ ਨੇ ਲਿਖ ਕੇ ਮਤਾ ਪਾਇਆ ਕਿ ਇਸ ਤੋਂ ਪੈਸੇ ਵਾਪਸ ਲਿੱਤੇ ਜਾਣ, ਕਿਉਂਕਿ ਇਹਨੇ ਕੰਮ ਕੋਈ ਨਹੀਂ ਕੀਤਾ। ਸਾਡੇ ਗੁਰੂ ਘਰ ਦੇ ਹਾਲਾਤ ਇਸ ਤੱਕ ਹੱਦ ਤੱਕ ਵਿਗੜ ਗਏ ਕਿ 328 ਸਰੂਪ ਗੁਰੂ ਸਾਹਿਬ ਦੇ ਇੱਥੋਂ ਗਾਇਬ ਹੋ ਗਏ। ਸਾਧ ਸੰਗਤ ਜੀ, ਤੁਸੀਂ ਦੇਖੋ ਜਿਹੜੇ ਗੁਰੂ ਨੇ ਸਰਬੰਸ ਦਾਨ ਕਰਤਾ, ਸਭ ਕੁਛ ਤੁਹਾਨੂੰ ਤਿਆਗਤਾ, ਸੰਗਤ ਨੂੰ ਪਾੜ ਲਿਆ, ਜੀਵਤ ਤੁਸੀਂ ਹਜ਼ਾਰੋ, ਉਹਦੇ ਸਾਰਾ ਸਰਬੰਸ ਪੂਰਾ ਹੋ ਜਾਏ, ਅੱਜ ਕੀ ਹਾਲ ਹੈ? ਗੁਰੂ ਸਾਹਿਬ ਦੇ 328 ਸਰੂਪ ਗਾਇਬ, ਕਿਸੇ ਨੂੰ ਪਤਾ ਹੀ ਨਹੀਂ ਕਿੱਥੇ ਹੈ। ਸਾਧ ਸੰਗਤ ਜੀ, ਫਿਰ ਸਾਡੇ ਗੁਰੂ ਗ੍ਰੰਥ ਸਾਹਿਬ ਅੱਜ ਕੀ ਸੋਚਦੇ ਹੋਣਗੇ ਕਿ ਮੈਂ ਤਾਂ ਸਭ ਕੁਛ ਇਸ ਕੌਮ ਨੂੰ ਦਿੱਤਾ ਤੇ ਜਿੱਦਣ ਮੈਨੂੰ ਗਾਇਬ ਕਰਤਾ, ਮੁੜ ਕੇ ਮੇਰੇ ਪਿੱਛੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ, ਕੋਈ ਕਾਰਵਾਈ ਨਹੀਂ। ਤੁਹਾਡੇ ਮਾਪੇ ਘਰੋਂ ਲੈ ਜਾਏ, ਕੋਈ ਕੇਸ ਲਿਖਾਉਂਦੇ ਹੋ, ਪੜਤਾਲ ਕਰਦੇ ਹੋ,
328 ਰੂਪਾਂ ਦੇ ਮਗਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਕੇਸ ਪਾਤੇ। ਪਰ ਮੈਨੂੰ ਦੱਸੋ, ਇਹਨਾਂ ਨੇ ਸਰਕਾਰਾਂ ਨੇ ਕਦੀ ਲੱਭਣ ਦਾ ਯਤਨ ਕੀਤਾ? ਕਦੀ ਨਹੀਂ ਕੀਤਾ ਹੈਗਾ। ਅੱਜ ਗੁਰੂ ਸਾਹਿਬ ਕੀ ਕਹਿੰਦੇ ਹੋਣਗੇ ਕਿ ਮੈਂ ਇੱਕ ਲਾਵਾਰਿਸ ਮਾਂ ਬਾਪ ਹਾਂ, ਮੇਰੇ ਬੱਚੇ ਮੇਰੇ ਮਗਰ ਪੁੱਛਗਿੱਛ ਹੀ ਨਹੀਂ ਕਰਦੇ ਹੈਗੇ। ਇਹ ਤਰਸ ਦੇ ਹਾਲ ਸਾਡੇ ਗੁਰੂ ਘਰਾਂ ਦੇ ਬਣਾਤੇ ਹੈਗੇ ਆ। ਕਿਉਂ? ਕਿਉਂਕਿ ਜਿਹੜੀ ਇਹਨਾਂ ਨੇ ਮਾਰ ਕੇ ਕੁੱਟ ਕੇ ਗੱਲ ਨਹੀਂ ਖਤਮ ਕਰ ਸਕੇ, ਸਾਡੀਆਂ ਸ਼ਹਾਦਾਂ ਕਰਕੇ ਸਿੱਖੀ ਨਹੀਂ ਖਤਮ ਕਰ ਸਕਦੇ, ਹੁਣ ਇਹ ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨ ਤੇ ਲੱਗੇ ਹੋਏ ਆ। ਉਹਦੇ ਵਿੱਚੋਂ ਜਿਹੜਾ ਸਾਡੇ ਚੋਣ ਹੈ ਉਹ ਜਮਾ ਜ਼ਬਤ ਕਰਤੇ ਹੈਗੇ ਆ। ਚੋਣ ਹੁਣ ਹੁੰਦੇ ਹੀ ਨਹੀਂ ਹੈਗੇ। ਪਿਛਲਾ ਚੋਣ 2011 'ਚ ਹੋਇਆ, ਜਿਹੜੇ ਧਾਰਾ 87 ਵਾਲੇ ਗੁਰੂ ਘਰ ਹੈ ਉਹ 2006 'ਚ ਚੋਣ ਕਰਾਏ ਗਏ। 18 ਤੇ 13 ਸਾਲ ਚੋਣ ਨਹੀਂ ਹੋਏ। ਨਤੀਜੇ ਕੀ ਹੈ? ਜਦ ਤੁਸੀਂ ਵੋਟਾਂ ਬਣਾਉਣ ਗਏ ਹੋ, ਲੋਕਾਂ ਨੇ ਉੱਥੇ ਕਿਹਾ ਇਹ ਵੋਟ ਇਹ ਕਹਿੰਦੀ ਚੋਣ ਤਾਂ ਹੁੰਦੇ ਨਹੀਂ। ਲੋਕਾਂ ਦੀ ਦਿਲਚਸਪੀ ਉਹ ਗੁਰੂ ਘਰ ਨਾਲ ਤੋੜਤੀ ਹੈ ਇਹਨਾਂ ਨੇ। ਇਹ ਇਹਨਾਂ ਦੀ ਸੋਚ ਹੈ, ਸਾਜਿਸ਼ ਹੈ ਕਿ ਸਿੱਖਾਂ ਨੂੰ ਆਪਣੀ ਜਮਹੂਰੀਅਤ ਤੋਂ ਵਾਂਝਾ ਕਰ ਦਿਓ, ਗੁਰੂ ਘਰਾਂ ਤੇ ਆਪਣੇ ਬੰਦੇ ਫਿੱਟ ਕਰ ਦਿਓ। ਫਿਰ ਜਿਵੇਂ ਪਟਨਾ ਸਾਹਿਬ ਦੇ ਵਿੱਚ ਆ ਬੇਅੰਤ ਦਾ ਪੋਤਾ, ਬੁੱਚੜ ਬੇਅੰਤ ਦਾ ਪੋਤਾ, ਉਹਦਾ ਸਨਮਾਨ ਕਰਵਾਓ। ਸਾਧ ਸੰਗਤ ਜੀ, ਇਹ ਕੀ ਪੁੱਠੇ ਰਿਵਾਜ ਚਲਾਤੇ? ਸਾਨੂੰ ਖੇਰੂ ਖੇਰੂ ਕਰਕੇ ਵੰਡ ਕੇ ਖਤਮ ਕਰਕੇ ਸਾਡਾ ਉਰੇ ਬਿਲਕੁਲ ਹੀ ਜਮਹੂਰੀਅਤ ਢੰਗ ਤੌਰ ਤਰੀਕਾ ਸਭ ਖਤਮ ਕਰਤਾ ਹੈਗਾ। ਸਾਧ ਸੰਗਤ ਜੀ, ਇਹਨੂੰ ਆਪਾਂ ਮੁੜ ਬਹਾਲ ਕਰਨ ਵਾਸਤੇ ਅੱਜ ਉਰੇ ਕਤਰਤ ਹੋਏ ਹੈ। ਸਾਧ ਸਿਮਰਨਜੀਤ ਸਿੰਘ ਮਾਨ ਸਟੇਜ ਤੇ ਵੀ ਆ ਗਏ ਹੈ ਤੇ ਉਹਨਾਂ ਨੂੰ ਜੀਆਂ ਦਾ ਜਕਾਰਾ ਬੁਲਾਈਏ। ਬੋਲੇ ਸੋਨਿਹਾਲ। ਸੋ ਸਾਧ ਸੰਗਤ ਜੀ, ਜਿਹੜੇ ਗੁਰੂ ਸਾਹਿਬ ਦੀ ਇਹਨਾਂ ਨੇ ਜਮਹੂਰੀਅਤ ਪਸੰਦ ਤਰੀਕੇ ਸਾਰੇ ਖਤਮ ਕਰਤੇ ਹੈਗੇ ਆ, ਉੱਥੇ ਸਾਨੂੰ ਆਪਣੇ ਗੁਰੂ ਘਰ 'ਚ ਤਬਦੀਲੀਆਂ ਲੈ ਕੇ ਆਉਣੀਆਂ ਪੈਣੀਆਂ। ਦੇਖੋ, ਜਿਹੜਾ ਆਪਣਾ ਇਲੈਕਸ਼ਨ ਦਾ ਕੰਮ ਚੱਲਦਾ ਉਹ ਜਿਹੜਾ ਇਹਨਾਂ ਨੇ ਭੰਗ ਕਰਤਾ ਹੈਗਾ, ਧਾਰਾ 51 ਸਾਡੇ ਸਿੱਖ ਗੁਰਦੁਆਰਾ ਐਕਟ ਦੀ ਤਬਦੀਲ ਕਰਨੀ ਪੈਣੀ ਹੈ। ਅਗਲੇ ਹਾਊਸ 'ਚ ਇਹਦੀ ਅਮੈਂਡਮੈਂਟ ਪਾਣੀ ਪੈਣੀ ਹੈ। ਇਸੇ ਤਰ੍ਹਾਂ ਧਾਰਾ 87 ਦੇ ਅਮੈਂਡਮੈਂਟ ਆਪਾਂ ਨੂੰ ਪਾਉਣੇ ਪੈਣੇ ਹੈ। ਸਾਧ ਸੰਗਤ ਜੀ, ਇਹ ਕੰਮ ਹੋਰ ਜ਼ਰੂਰੀ ਹੈ ਤੇ ਸਾਨਾਂ ਨੂੰ ਇੱਕ ਸਿੱਖ ਇਲੈਕਸ਼ਨ ਕਮਿਸ਼ਨ ਸਰਕਾਰ ਦੇ ਹੱਥੋਂ ਕੱਢ ਕੇ ਆਪਣੀ ਸਥਾਪਿਤ ਕਰਨੀ ਪੈਣੀ ਹੈ। ਸਾਨੂੰ ਇਹ ਵੀ ਸੋਚਣਾ ਪੈਣਾ ਕਿ ਜਿਵੇਂ ਦਲਾਈ ਲਾਮਾ ਨਾਲ ਹੋਇਆ, ਜਿਹੜਾ ਚੀਨ ਤੋਂ ਭੱਜਿਆ ਇੱਥੇ ਗਵਰਨਮੈਂਟ ਐਗਜ਼ਾਈਲ ਬਣਾਉਂਦਾ, ਉਹਦੇ ਜਿਹੜੇ ਅਗਲੇ ਦਲਾਈ ਲਾਮਾ ਦੀ ਚੋਣ ਹੋਣੀ ਹੈ ਉਹਦੇ ਵਿੱਚ ਇੱਕ ਪੰਚਨ ਲਾਮਾ ਦਾ ਮੁੱਖ ਰੋਲ ਹੁੰਦਾ। ਜਿਹੜਾ ਪਿਛਲਾ ਪੰਚਨ ਲਾਮਾ ਉਹ ਰੱਬ ਨੂੰ ਪਿਆਰਾ ਹੋ ਗਿਆ, ਉਹਦਾ ਅਗਲਾ ਪੰਚਨ ਲਾਮਾ ਜਿਹੜੇ ਦਲਾਈ ਲਾਮਾ ਨੇ ਚੁਣਿਆ ਸੀਗਾ ਉਹਦਾ ਨਾਂ ਸੀਗਾ ਗੇਦੁਨ ਚੋਕਈ ਨਿਮਾ। ਇਹ ਉਹਨਾਂ ਦਾ ਪੰਚਨ ਲਾਮਾ ਦਲਾਈ ਲਾਮਾ ਨੇ ਨਿਯੁਕਤ ਕੀਤਾ, ਪਰ ਚੀਨ ਨੇ ਉਹਨੂੰ ਗ੍ਰਿਫਤਾਰ ਕਰਕੇ ਗਾਇਬ ਕਰਤਾ ਤੇ ਉਹਦੇ ਥਾਂ ਇੱਕ ਆਪਣਾ ਬੰਦਾ ਗਿਆਨਚੁਨ ਨੋਰਬੂ ਨੂੰ ਲਾਗੂ ਕਰਤਾ। ਹੁਣ ਇਹ ਪੰਚਨ ਨਾਮੇ ਦਾ ਲਾਮੇ ਦਾ ਕੀ ਮਹਿਣਾ? ਇਹਨੇ ਅਗਲੇ ਦਲਾਈ ਲਾਮਾ ਨੂੰ ਚੁਣਨਾ। ਜਿਹੜਾ ਦਲਾਈ ਲਾਮਾ ਹੋਊਗਾ ਆਪਣੇ ਕੌਮ ਦੇ ਭਵਿੱਖ ਦੇ ਫੈਸਲੇ ਉਹ ਲਊਗਾ। ਸਾਧ ਸੰਗਤ ਜੀ, ਫਿਰ ਦਲਾਈ ਲਾਮਾ ਨੇ ਕੀ ਕੀਤਾ? ਇਹਨੇ ਵੱਖਰਾ ਆਪਣਾ ਇੱਕ ਪ੍ਰਾਈਮ ਮਿਨਿਸਟਰ ਬਣਾਤਾ, ਉਹ ਪ੍ਰਾਈਮ ਮਿਨਿਸਟਰ ਵੱਖਰਾ ਚੀਨ ਦੇ ਹੱਥੋਂ ਬਾਹਰ ਕਰਤਾ।
ਅਮਰੀਕਾ ਚ ਵਸਾਤਾ ਆਪਾਂ ਨੂੰ ਵੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਚੋਣ ਹੈ ਭਾਰਤ ਦੇ ਹੱਥੋਂ ਕੱਢਣੇ ਪੈਣੇ ਹੈ। ਇਹ ਚੋਣ ਇਹ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਔਰ ਮੈਂ ਬੇਨਤੀ ਕਰਦਾ ਅਗਲਾ ਹਾਊਸ ਜਦ ਚੁਣਿਆ ਜਾਊਗਾ ਆਪਾਂ ਅਕਾਲ ਤਖ਼ਤ ਸਾਹਿਬ ਦੇ ਚੋਣ ਵੱਖਰੇ ਖੜੇ ਕਰਕੇ ਜਿਵੇਂ ਇਸਟੋਨੀਆ ਦੇ ਵਿੱਚ ਇਲੈਕਟ੍ਰੋਨਿਕ ਵੋਟਿੰਗ ਰਾਹੀਂ ਵੱਖਰੇ ਵੋਟ ਪੈਂਦੀ ਹੈ ਜਾਂ ਜਿਵੇਂ ਦਲਾਈ ਲਾਮਾ ਆਪਣੇ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ਉਹ ਕਾਗਜ਼ ਦੀਆਂ ਵੋਟਾਂ ਜਾਂ ਪੋਸਟ ਆਫਿਸ ਰਾਹੀਂ ਜਾਂ ਉੱਥੇ ਪੋਸਟਲ ਸਟੇਸ਼ਨ 'ਤੇ ਆ ਕੇ ਪਵਾ ਲੈਂਦੇ ਹੈਗੇ ਹੈ। ਆਪਾਂ ਵੀ ਇਹੋ ਜਿਹੀ ਨਿਯੁਕਤੀ ਆਪਣੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਹੋਰ ਤਖ਼ਤਾਂ ਦੀ ਕਰੀਏ ਔਰ ਉਹਨਾਂ ਨੂੰ ਭਾਰਤ ਦੇ ਹੱਥਾਂ ਵਿੱਚੋਂ ਕੱਢੀਏ ਤਾਂ ਕਿ ਸਾਡੇ ਕੌਮੀ ਫੈਸਲੇ ਇਹ ਦੇਸ਼ ਰੋਕ ਨਾ ਸਕੇ। ਆ ਜਿਹੜੇ ਤਰਸਯੋਗ ਮਾਫ਼ੀਨਾਮੇ ਕਦੀ ਬਾਦਲ ਦੇ ਜੁੱਤੀਆਂ ਦੇ ਉੱਤੇ ਕਰਨਾ ਅਤੇ ਉਹ ਆਪਾਂ ਬੰਦ ਕਰੀਏ ਅਤੇ ਆਪਣੇ ਸਿਸਟਮ ਨੂੰ ਸੁਧਾਰੀਏ ਇਕੱਠੇ ਹੋ ਕੇ ਆਪਣੇ ਚੋਣਾਂ ਦੀ ਮੰਗ ਕਰੀਏ। ਬਿਨਾਂ ਚੋਣਾਂ ਅਸੀਂ ਉਰੇ ਉਹ ਸਿੰਘ ਸਭਾ ਲਹਿਰ ਨੂੰ ਉਸ ਪੱਧਰ ਦਾ ਸਨਮਾਨ ਨਹੀਂ ਦੱਸ ਸਕਦੇ। ਸੋ ਇਹ ਬੇਨਤੀਆਂ ਕਰਦਾ ਆਈ ਸੰਗਤ ਦਾ ਧੰਨਵਾਦ ਕਰਦਾ ਕੱਲਾ ਕੱਲਾ ਕਦਮ ਸਿਰ ਮੱਥੇ ਬਹੁਤ ਬਹੁਤ ਧੰਨਵਾਦ ਜਿਹੜਾ ਆਪ ਜੀਆਂ ਨੇ ਅੱਜ ਆਪਣੇ ਸਿੰਘ ਸਭਾ ਲਹਿਰ ਨੂੰ ਅੱਜ ਯਾਦ ਰੱਖਿਆ। ਅਖੀਰ 'ਚ ਮੈਂ ਦੋ ਜਕਾਰੇ ਛੱਡਣੇ ਹੈ, ਇੱਕ ਮੈਂ ਜਸਟਿਨ ਟਰੂਡੋ ਔਰ ਕੈਨੇਡਾ ਦੀ ਸਰਕਾਰ ਜਿਹਨੇ ਆਪਣੇ ਨਿੱਜਰ ਸਾਹਿਬ ਦੇ ਕੇਸ ਦੇ ਵਿੱਚ ਬੜੇ ਚੜ੍ਹਦੀ ਕਲਾ ਦਾ ਉਹਨਾਂ ਨੇ ਗੱਲ ਕੀਤੀ ਹੈ। ਸੋ ਅੱਜ ਮੈਂ ਜਸਟਿਨ ਟਰੂਡੋ ਦੇ ਨਾਂ ਦੇ ਉੱਤੇ ਇੱਕ ਜਕਾਰਾ ਛੱਡਣ ਨੂੰ ਕਹੂੰਗਾ, ਕੈਨੇਡਾ ਦੇ ਨਾਂ 'ਤੇ ਇੱਕ ਜਕਾਰਾ ਛੱਡਣ ਨੂੰ ਕਹੂੰਗਾ ਕਿਉਂਕਿ ਉਹਨਾਂ ਨੇ ਕਾਨੂੰਨ ਪੜਤਾਲ ਕਰਕੇ ਉਹਦੇ ਹਥਿਆਰਾਂ 'ਤੇ ਕਾਰਵਾਈ ਕਰਨ ਦਾ ਯਤਨ ਕੀਤਾ। ਜਸਟਿਨ ਟਰੂਡੋ ਐਂਡ ਕੈਨੇਡਾ ਬੋਲੇ ਸੋ ਨਿਹਾਲ। ਦੂਜਾ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਅਮਰੀਕਾ ਦੇ ਦੇਸ਼ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਾਤਲ ਜੋ ਰੋ ਔਰ ਜਿਹੜਾ ਅਮਰੀਕਾ ਦੇ ਜਸੂਸਾਂ ਨੇ ਉਹਦੇ ਕਾਤਲ ਦੀ ਸਾਜਿਸ਼ ਕੱਢੀ ਹੈ ਔਰ ਭਾਰਤ ਜਿਸਨੇ ਸਾਡਾ ਕਤਲ ਪੰਜਾਬ 'ਚ ਦਿੱਲੀ 'ਚ ਹਰੇਕ ਥਾਂ ਕੀਤਾ ਜਿਹੜਾ 40 ਸਾਲ ਬਾਅਦ ਸਾਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਅੱਜ ਮੈਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ ਧੰਨਵਾਦ ਦਾ ਇੱਕ ਜਕਾਰਾ ਛੱਡਣਾ ਚਾਹੁੰਦਾ। ਯੂਨਾਈਟਿਡ ਸਟੇਟਸ ਆਫ ਅਮਰੀਕਾ ਜੋ ਬੋਲੇ ਸੋ ਨਿਹਾਲ। ਤੇ ਭਾਰਤ ਦੇਸ਼ ਨੂੰ ਮੈਂ ਪੁੱਛਦਾ 1984 ਤੋਂ 40 ਸਾਲ ਹੋ ਗਏ ਜਿਹੜਾ ਸਾਡਾ ਕਤਲੇਆਮ ਹੋਇਆ ਉਹਦੇ ਬਾਰੇ ਕੀ ਕੀਤਾ। ਮੈਂ ਬੇਨਤੀ ਕਰਦਾ ਐਤਕੀ ਜਦ ਆਪਾਂ 31 ਤਰੀਕ ਨੂੰ ਦਿੱਲੀ ਇਕੱਠੇ ਹੋਵਾਂਗੇ ਅਸੀਂ ਖੂਨ ਕੱਢ ਕੇ ਇੱਕ ਮਤਾ ਪਾ ਕੇ ਰਾਸ਼ਟਰਪਤੀ ਨੂੰ ਆਪਣੇ ਖੂਨ ਦਾ ਮਤਾ ਭੇਜੀਏ ਕਿ ਸਾਡੇ ਕਤਲੇਆਮ ਤੇ ਹਰਿਮੰਦਰ ਸਾਹਿਬ ਦੇ ਟੈਟੇਰੀ ਤੇ ਬੇਅਦਬੀਆਂ ਤੇ ਸਾਡੇ ਕਤਲੇਆਮ ਤੇ ਸ਼ਮਸ਼ਾਨ ਘਾਟਾਂ ਤੇ ਬੇਅੰਤ ਬੁੱਚੜ ਤੇ ਸੈਣੀ ਤੇ KPS ਗਿੱਲ ਦੇ ਇਹਨਾਂ ਦੇ ਉੱਤੇ ਕਾਰਵਾਈਆਂ ਕਿਉਂ ਨਹੀਂ ਹੋਈਆਂ? ਕੀ ਅਸੀਂ ਇਸ ਦੇਸ਼ ਦੇ ਅੱਜ ਵਾਸੀ ਨਹੀਂ ਹੈਗੇ, ਸਿਟੀਜ਼ਨ ਨਹੀਂ ਹੈਗੇ? ਕਾਨੂੰਨ ਸਾਡੇ ਤੇ ਨਹੀਂ ਲਾਗੂ ਹੁੰਦੇ? ਇਹ ਜਵਾਬ ਦੇ ਇਹ ਦੇਸ਼, ਇਸ ਬਾਰੇ ਜ਼ਰੂਰ ਤੁਸੀਂ ਧਿਆਨ ਰੱਖਿਓ। ਤੁਸੀਂ ਵੀ ਉਹ ਆਪਣੇ ਖੂਨ ਦੇ ਨਿਸ਼ਾਨੀਆਂ ਲਾ ਕੇ ਕਾਗਜ਼ਾਂ ਤੇ ਤਿਆਰ ਕਰੋ ਤੇ 31 ਤਰੀਕ ਨੂੰ ਆਪਾਂ ਜਾ ਕੇ ਰਾਸ਼ਟਰਪਤੀ ਨੂੰ ਪੁੱਛੀਏ ਕਿ ਸਾਡੇ ਹੱਕ ਕਿੱਥੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।